ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਮੈਂ ਹਾਂ ਸੁਰਿੰਦਰ ਢੱਲਾ ਸ਼ਨੀਵਾਰ ਅਤੇ ਐਤਵਾਰ ਦੇ ਲੋਕਡਾਊਨ ਤੋਂ ਬਾਅਦ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦਰਮਿਆਨ 122 ਨਵੇਂ ਪੋਜ਼ਿਟਿਵ ਮਾਮਲੇ ਲਾਣੇ ਗਏ ਨੇ ਹਾਲਾਂਕਿ ਇਹ ਨਦੀ ਗਿਣਤੀ 122 ਤੋਂ ਵੀ ਵੱਧ ਹੋ ਚੁੱਕੀ ਹੈ ਸਭ ਤੋਂ ਜ਼ਿਆਦਾ ਮਾਮਲੇ ਪਿਛਲੇ 24 ਘੰਟਿਆਂ ਦੇ ਵਿੱਚ ਸੰਤੀ ਕੇਂਦਰ ਲੁਧਿਆਣਾ ਦੇ ਵਿੱਚ ਲਾਣੇ ਗਏ ਨੇ ਸਰਕਾਰੀ ਮੈਡੀਕਲ ਬੁਲੇਟਿਨ ਦੇ ਜ਼ਰੀਏ 54 ਮਰੀਜ਼ ਸਿਰਫ ਲੁਧਿਆਣੇ ਦੇ ਵਿੱਚ ਪੋਜ਼ਿਟਿਵ ਲਾਣ ਦਿੱਤੇ ਗਏ ਨੇ ਔਰ ਜਿਨ੍ਹਾਂ ਦੇ ਵਿੱਚੋਂ 35 ਪੁਰਾਣੇ ਸੰਪਰਕਾਂ ਚੋਂ ਪੋਜ਼ਿਟਿਵ ਨਿਕਲੇ ਨੇ ਲੋਕ ਔਰ ਬਾਕੀ 4 ਪੁਲਿਸ ਮੁਲਾਜ਼ਮ ਲੁਧਿਆਣੇ ਚ ਪੋਜ਼ਿਟਿਵ ਆਏ ਨੇ ਔਰ ਇਸ ਤੋਂ ਇਲਾਵਾ ਵੀ ਕਈ ਹੋਰ ਲੋਕਲ ਕੇਸ ਨੇ ਜਿਹੜੇ ਲੁਧਿਆਣੇ ਦੇ ਵਿੱਚ ਉਹ ਪੋਜ਼ਿਟਿਵ ਰਿਕਾਰਡ ਕੀਤੇ ਗਏ ਨੇ ਸੋ ਸੰਤੀ ਕੇਂਦਰ ਲੁਧਿਆਣਾ ਅਮਰਸਰ ਜਲੰਧਰ ਇਹ ਤਿੰਨ ਜ਼ਿਲ੍ਹੇ ਪੰਜਾਬ ਦੇ ਵਿੱਚ ਕਈ ਥਾਈਂ ਇੱਥੇ ਹੌਟਸਪੌਟ ਬਣੇ ਹੋਏ ਨੇ ਕੰਟੇਨਮੈਂਟ ਜ਼ੋਨ ਬਣੇ ਹੋਏ ਨੇ ਸੋ ਲੁਧਿਆਣਾ ਚ 54 ਨਵੇਂ ਕੇਸ ਨੇ ਜਿਹੜੇ ਉਹ ਐਲਾਨੇ ਗਏ ਨੇ ਕੁੱਲ ਅੰਕੜਾ ਪੰਜਾਬ ਦੇ ਕੇਸਾਂ ਦਾ ਜਿਹੜਾ ਵਧ ਕੇ ਹੋ ਗਿਆ ਹੈ ਐਕਟਿਵ ਕੇਸਾਂ ਦਾ 1275 ਹੁਣ so, 1275 ਮਰੀਜ਼ ਪੰਜਾਬ ਦੇ ਵਿੱਚ ਐਕਟਿਵ ਨੇ ਅਤੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਇਲਾਜ ਅਧੀਨ ਨੇ ਔਰ ਪੰਜਾਬ 'ਚ ਹੁਣ ਤੱਕ ਕੁੱਲ ਕੀਤੇ ਗਏ ਸੈਂਪਲਾਂ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ 240803 ਸੈਂਪਲ ਨੇ ਜਿਹੜੇ ਉਹ ਹੁਣ ਤੱਕ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਹੁਣ ਤੱਕ 4074 ਸੈਂਪਲ ਨੇ ਜਿਹੜੇ ਉਹ ਪੋਜ਼ਿਟਿਵ ਆਲਾਨੇ ਗਏ ਨੇ ਭਾਵ ਪੰਜਾਬ ਦੇ ਵਿੱਚ ਹੁਣ ਤੱਕ ਪੋਸਟਮਰੀਜ਼ਾਂ ਦੀ ਜਿਹੜੀ ਗਿਣਤੀ ਹੈ ਉਹ 4074 ਤੱਕ ਕੁੱਲ ਦਰਜ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚੋਂ 2700 ਮਰੀਜ਼ ਪੰਜਾਬ ਦੇ ਵਿੱਚ ਠੀਕ ਹੋਏ ਨੇ ਪੂਰੇ ਮੁਲਕ 'ਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਜਿਹੜੀ ਉਹ 54% ਤੋਂ ਜ਼ਿਆਦਾ ਹੈ ਹਾਲਾਂਕਿ ਪੰਜਾਬ 'ਚ ਇਸ ਨਾਲੋਂ ਵੀ ਜ਼ਿਆਦਾ ਠੀਕ ਹੋਣ ਦੀ ਦਰ ਜਿਹੜੀ ਉਹ ਰਿਕਾਰਡ ਕੀਤੀ ਗਈ ਹੈ ਔਰ ਪੰਜਾਬ 'ਚ ਇਸ ਵਕਤ 21 ਮਰੀਜ਼ ਨੇ ਜਿਨ੍ਹਾਂ ਨੂੰ ਆਕਸੀਜਨ ਲੱਗੀ ਹੋਈ ਹੈ ਔਰ 5 ਮਰੀਜ਼ ਨੇ ਜਿਹੜੇ ਵੈਂਟੀਲੇਟਰ ਦੀ سپورਟ ਤੇ ਨੇ ਹੁਣ ਤੱਕ 99 ਮਰੀਜ਼ ਪੰਜਾਬ ਦੇ ਵਿੱਚ ਸ਼ਰਗਵਾਸ ਹੋ ਚੁੱਕੇ ਨੇ 4074 ਮਰੀਜ਼ ਕੁੱਲ 99 ਸਵਰਗਵਾਸ ਹੋਏ ਨੇ ਕੁੱਲ ਔਰ 2700 ਠੀਕ ਹੋਏ ਨੇ ਹੁਣ ਤੱਕ ਕੁੱਲ ਔਰ 1275 ਕੁੱਲ ਹੁਣ ਐਕਟਿਵ ਨੇ ਸੋ ਇਹ ਪੰਜਾਬ ਦਾ ਮੋਟਾ-ਮੋਟਾ ਅੰਕੜਾ ਸੀ ਤੇ ਹੁਣ ਪਿਛਲੇ 24 ਘੰਟਿਆਂ ਦਰਮਿਆਨ ਪੰਜਾਬ 'ਚ 122 ਤੋਂ ਜ਼ਿਆਦਾ ਕੇਸਾਂ ਦਾ ਵੇਰਵਾ ਜ਼ਰੂਰ ਸਾਂਝਾ ਕਰ ਲਈਏ ਅੰਮ੍ਰਿਤਸਰ ਦੇ ਵਿੱਚ 4 ਨਵੇਂ ਕੇਸ ਨੇ ਜਿਹੜੇ ਉਹ ਐਲਾਨੇ ਗਏ ਨੇ ਪੰਜਾਬ ਸਰਕਾਰ ਵੱਲੋਂ ਇਹਨਾਂ ਦੇ ਵਿੱਚੋਂ 3 ਨਵੇਂ ਕੇਸ ਨੇ ਔਰ ਇੱਕ ਪੋਜ਼ਿਟਿਵ ਸੰਪਰਕਾਂ ਦੇ ਵਿੱਚੋਂ ਆਇਆ ਹੋਇਆ ਕੇਸ ਹੈ ਭਾਵ ਜਿਹੜੇ ਚਾਰ ਕੇਸ ਨੇ ਅਮਰਸਰ ਦੇ ਸਾਰੇ ਲੋਕਲ ਕੇਸ ਨੇ ਇਸੇ ਤਰ੍ਹਾਂ ਮੁਹਾਲੀ ਦੀ ਗੱਲ ਕਰਦੇ ਹਾਂ ਮੁਹਾਲੀ ਦੇ ਵਿੱਚ ਵੀ ਚਾਰ ਪੋਜ਼ਿਟਿਵ ਕੇਸ ਨੇ ਐਲਾਨੇ ਗਏ ਨੇ ਔਰ ਇਹ ਚਾਰੇ ਦੇ ਚਾਰੇ ਲੋਕਲ ਕੇਸ ਨੇ ਇਹਨਾਂ ਦੇ ਵਿੱਚ ਨਵੇਂ ਕੇਸ ਵੀ ਨੇ ਜਲੰਧਰ 'ਚ 6 ਪੋਜ਼ਿਟਿਵ ਕੇਸ ਐਲਾਨੇ ਗਏ ਨੇ ਔਰ ਇਹਨਾਂ ਦੇ ਵਿੱਚੋਂ 5 ਪੋਜ਼ਿਟਿਵ ਸੰਪਰਕਾਂ ਦੇ ਵਿੱਚੋਂ ਆਏ ਨੇ ਔਰ ਇੱਕ ਕੇਸ ਹੈ ਜਿਹੜਾ ਜਲੰਧਰ ਦੇ ਵਿੱਚੋਂ ਪੁਲਿਸ ਅਫੀਸ਼ਰ ਹੈ ਪੀਸੀਆਰ ਦਾ ਸੋ ਪਿਛਲੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਕਈ ਪੁਲਿਸ ਮੁਲਾਜ਼ਮ ਨੇ ਜਿਹੜੇ ਉਹਨਾਂ ਦੇ ਵੀ ਪੋਜ਼ਿਟਿਵ ਹੋਣ ਦੀ ਗੱਲ ਆ ਰਹੀ ਹੈ ਮੈਂ ਕੱਲ ਕੱਲੇ ਜ਼ਿਲ੍ਹੇ ਚ ਪੁਲਿਸ ਮੁਲਾਜ਼ਮ ਦਾ ਦੱਸੂਗਾ ਕਿ ਕਿੱਥੇ ਕਿੱਥੇ ਪੁਲਿਸ ਮੁਲਾਜ਼ਮ ਪੋਜ਼ਿਟਿਵ ਹੋਏ ਨੇ ਜਲੰਧਰ ਚ ਇੱਕ ਪੁਲਿਸ ਅਫੀਸ਼ਰ ਪੀਸੀਆਰ ਦੇ ਔਰ ਪਟਿਆਲਾ ਚ ਕੁੱਲ ਤਿੰਨ ਕੇਸ ਆਏ ਨੇ ਇੱਕ ਇੰਟਰ ਸਟੇਟ ਟਰੈਵਲਰ ਸੀ ਔਰ ਇੱਕ ਕੇਸ ਹੈ ਜਿਹੜਾ ਸਰਕਾਰੀ ਮੁਲਾਜ਼ਮ ਹੈ ਸਟੈਨੋ ਹੈ ਔਰ ਇੱਕ ਕੇਸ ਹੈ ਜਿਹੜਾ ਸਟਾਫ ਨਰਸ ਦਾ ਵੀ ਪਟਿਆਲੇ ਦੇ ਵਿੱਚ ਪੋਜ਼ਿਟਿਵ ਆ ਲਾਨੇ ਆ ਗਿਆ ਔਰ ਪਟਿਆਲੇ ਤੋਂ ਬਾਅਦ ਸੰਗਰੂਰ ਦਾ ਰੁਖ ਕਰਦੇ ਹਾਂ ਸੰਗਰੂਰ ਚ ਦੋ ਨਵੇਂ ਕੇਸ ਆਏ ਨੇ ਔਰ ਇਹ ਦੋਵੇਂ ਲੋਕਲ ਤੇ ਨਵੇਂ ਕੇਸ ਨੇ ਲੁਧਿਆਣਾ ਦੇ ਮੈਂ ਪਹਿਲਾਂ ਹੀ ਦੱਸਿਆ ਕਿ 54 ਕੇਸ ਆਏ ਨੇ ਔਰ ਲੁਧਿਆਣਾ ਦੇ ਵਿੱਚ ਵੀ ਚਾਰ ਪੁਲਿਸ ਮੁਲਾਜ਼ਮ ਨੇ ਇਹ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਪੁਲਿਸ ਪਰਸਨਲ ਨੇ ਲੁਧਿਆਣਾ ਦੇ ਵਿੱਚ ਵੀ ਚਾਰ ਫਰੀਦਕੋਟ ਚ ਇੱਕ ਕੇਸ ਆਇਆ ਹੈ ਇਹ ਨਵਾਂ ਕੇਸ ਹੈ ਔਰ ਇਹ ਲੋਕਲ ਕੇਸ ਹੈ ਫਜ਼ਿਲਕਾ ਦੇ ਵਿੱਚ 6 ਕੇਸ ਆਏ ਨੇ 4 ਕੇਸ ਨੇ ਜਿਹੜੇ ਉਹਨਾਂ ਦੀ ਟਰੈਵਲ ਹਿਸਟਰੀ ਹੈ ਜੈਸਲਮੇਰ ਗੁਰਦਾਉਂ ਗੁਜਰਾਤ ਅਤੇ ਦਿੱਲੀ ਦੀ ਔਰ 2 ਕੇਸ ਨੇ ਉਹ ਪੋਜ਼ਿਟਿਵ ਸੰਪਰਕਾਂ ਚੋਂ ਆਏ ਨੇ ਮੁਖਸਰਚ 2 ਕੇਸ ਆਏ ਨੇ ਇੱਕ ਦੀ ਟਰੈਵਲ ਹਿਸਟਰੀ ਹੈ ਦਿੱਲੀ ਦੀ ਔਰ ਇੱਕ ਕੇਸ ਹੈ ਜਿਹੜਾ ਉਹ ਆਂਗਣਵਾੜੀ ਵਰਕਰ ਦਾ ਹੈ ਫਤਗੜ ਸਾਹਿਬ ਚ ਇੱਕੋ ਕੇਸ ਹੈ ਲੋਕਲ ਕੇਸ ਹੈ ਕਪੂਰਥਲਾ ਦੇ ਵਿੱਚ 3 ਕੇਸ ਆਏ ਨੇ ਔਰ ਇਹ ਤਿੰਨੇ ਨਵੇਂ ਕੇਸ ਨੇ ਜਿਹੜੇ ਪੁਲਿਸ ਅਫੀਸ਼ਰ ਨੇ ਸੋ ਪੁਲਿਸ ਅਫੀਸ਼ੀਅਲਸ ਕਪੂਰਥਲਾ ਦੇ ਵਿੱਚ ਵੀ ਤਿੰਨ ਪੋਜ਼ਿਟਿਵ ਨੇ ਜਿਵੇਂ ਮੈਂ ਲਗਾਤਾਰ ਦੱਸ ਰਿਹਾ ਕਿ ਪੰਜਾਬ ਚ ਪਿਛਲੇ 24 ਘੰਟਿਆਂ ਚ ਕਈ ਪੁਲਿਸ ਮੁਲਾਜ਼ਮ ਅਫੀਸ਼ੀਅਲ ਉਹਨਾਂ ਦੇ ਪੋਜ਼ਿਟਿਵ ਆਲ ਆਨੇ ਗਏ ਨੇ ਹੁਸ਼ਿਆਰਪੁਰ ਚ ਕੁੱਲ 7 ਕੇਸ ਆਏ ਨੇ ਜਿਹੜੇ 6 ਕੇਸ ਨੇ ਉਹਨਾਂ ਦਾ ਸਬੰਧ ਦਿੱਲੀ ਯੂਪੀ ਅਤੇ ਬਿਹਾਰ ਦੀ ਟਰੈਵਲ ਹਿਸਟਰੀ ਦਾ ਹੈ ਔਰ ਹੁਸ਼ਿਆਰਪੁਰ ਚ ਇੱਕ ਪੁਲਿਸ ਦਾ ਥਾਣੇਦਾਰ ਐਸਆਈ ਪੱਦਰ ਦਾ ਅਫਸਰ ਹੈ ਜਿਹੜਾ ਉਹ ਵੀ ਪੋਜ਼ਿਟਿਵ ਆਇਆ ਹੈ ਰਾਜਪੁਰਾ ਦੇ ਵਿੱਚ ਪੰਜ ਨੇ ਪੰਜੇ ਪੰਜਾਂ ਦੀ ਟਰੈਵਲ ਹਿਸਟਰੀ ਮਾਸ ਕਰਨਾ ਰੋਪੜ ਚ ਰਾਜਪੁਰਾ ਨਹੀਂ ਰੋਪੜ ਰੋਪੜ ਚ ਪੰਜ ਨੇ ਪੰਜੇ ਨਵੇਂ ਕੇਸ ਨੇ ਇਹਨਾਂ ਦੀ ਟਰੈਵਲ ਹਿਸਟਰੀ ਦਿੱਲੀ ਅਤੇ ਯੂਪੀ ਦੀ ਹੈ ਐਸਬੀਐਸ ਨਗਰ ਚ ਦੋ ਨੇ ਦੋਵੇਂ ਪੋਜ਼ਿਟਿਵ ਸੰਪਰਕਾਂ ਚੋਂ ਆਏ ਨੇ ਗੁਰਦਾਸਪੁਰ ਦੇ ਵਿੱਚ ਪੰਜ ਨੇ ਇਹਨਾਂ ਦੇ ਵਿੱਚੋਂ ਇੱਕ ਦੀ ਟਰੈਵਲ ਹਿਸਟਰੀ ਹਰਿਆਣਾ ਦੀ ਹੈ ਔਰ ਤਿੰਨ ਕੇਸ ਪੋਜ਼ਿਟਿਵ ਸੰਪਰਕਾਂ ਚੋਂ ਆਏ ਨੇ ਇੱਥੇ ਵੀ ਇੱਕ ਆਂਗਣਵਾੜੀ ਵਰਕਰ ਪਠਾਨਕੋਟ ਚ 16 ਕੇਸ ਆਏ ਨੇ ਪਠਾਨਕੋਟ 16 ਆਏ ਨੇ ਇੱਥੇ ਸਤਾਂ ਦੀ ਟਰੈਵਲ ਹਿਸਟਰੀ ਦਿੱਲੀ ਦੀ ਹੈ ਔਰ ਦੋ ਪੋਜ਼ਿਟਿਵ ਸੰਪਰਕਾਂ ਚੋਂ ਆਏ ਨੇ ਔਰ ਦੋ ਨਵੇਂ ਕੇਸ ਇੱਥੇ ਵੀ ਪੁਲਿਸ ਅਫੀਸ਼ੀਅਲਸ ਦੇ ਆਏ ਨੇ ਸੋ ਪਠਾਨਕੋਟ ਚ ਦੋ ਪੁਲਿਸ ਅਫੀਸ਼ਰ ਹੋਰ ਪੋਜ਼ਿਟਿਵ ਹੋਏ ਨੇ ਔਰ ਬਾਕੀ ਤਿੰਨ ਇੱਥੇ 셀ਫ ਰਿਪੋਰਟਡ ਕੇਸ ਨੇ 셀ਫ ਰਿਪੋਰਟਡ ਪਾਪ ਜਦੋਂ ਆਪ ਮਰੀਜ਼ਾਂ ਨੇ ਚੈੱਕ ਕਰਾਇਆ ਤੇ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਪੋਜ਼ਿਟਿਵ ਹੈ ਤਰਨਤਾਰਨ ਦੇ ਵਿੱਚ ਇੱਕ ਨਵਾਂ ਕੇਸ ਹੈ ਇਹ ਵੀ ਲੋਕਲ ਕੇਸ ਹੈ ਔਰ ਬੀਤੇ 24 ਘੰਟਿਆਂ ਦੇ ਵਿੱਚ 22 ਮਰੀਜ਼ ਪੰਜਾਬ ਦੇ ਠੀਕ ਹੋਏ ਨੇ ਮੁਹਾਲੀ ਦੇ ਵਿੱਚ ਐਸਐਸ ਨਗਰ ਦੇ ਵਿੱਚ 12 ਠੀਕ ਹੋ ਗਏ ਪਠਾਨਕੋਟ ਦੇ ਵਿੱਚੋਂ 6 ਮਰੀਜ਼ ਠੀਕ ਹੋਏ ਨੇ ਗੁਰਦਾਸਪੁਰ ਚ 4 ਮਰੀਜ਼ ਠੀਕ ਹੋਏ ਨੇ ਔਰ ਫਿਰੋਜ਼ਪੁਰ ਚ 1 ਵਿਅਕਤੀ ਪਿਛਲੇ 24 ਘੰਟਿਆਂ ਚ ਸਵਰਗਵਾਸ ਹੋਇਆ ਐਲਾਨਿਆ ਗਿਆ ਜਿਦੇ ਨਾਲ ਕੁੱਲ 99 ਪੰਜਾਬ ਦੇ ਵਿੱਚ ਸਵਰਗਵਾਸ ਹੋਏ ਨੇ ਤੇ ਹੁਣ ਵੱਡੇ ਜ਼ਿਲ੍ਹਿਆਂ ਦੀ ਗੱਲ ਕਰ ਲਈਏ ਪੰਜਾਬ ਦੇ ਤਿੰਨ ਵੱਡੇ ਜ਼ਿਲ੍ਹਿਆਂ ਦੀ ਮੈਂ ਗੱਲ ਕਰੂੰਗਾ ਲੁਧਿਆਣਾ ਜਲੰਧਰ ਅਤੇ ਅੰਮ੍ਰਿਤਸਰ ਔਰ ਇਨ੍ਹਾਂ ਤਿੰਨ ਵੱਡੇ ਜ਼ਿਲ੍ਹਿਆਂ ਦੇ ਵਿੱਚ ਹੀ ਪੰਜਾਬ ਦੇ ਵਿੱਚ ਅੱਜ ਤੱਕ 1800 ਤੋਂ ਜ਼ਿਆਦਾ ਪੋਜ਼ਿਟਿਵ ਮਾਮਲੇ ਨਾ ਤਿੰਨ ਜ਼ਿਲ੍ਹਿਆਂ ਚ ਆ ਚੁੱਕੇ ਨੇ ਪੂਰੇ ਪੰਜਾਬ ਚ 4074 ਨੇ ਕੁੱਲ ਇਹਨਾਂ ਤਿੰਨ ਜ਼ਿਲ੍ਹਿਆਂ ਚ 1800 ਤੋਂ ਜ਼ਿਆਦਾ ਨੇ ਅੰਮ੍ਰਿਤਸਰ ਚ 758 ਜਲੰਧਰ ਚ 543 ਤੇ ਲੁਧਿਆਣਾ ਚ 550 ਇਹਨਾਂ ਤਿੰਨ ਜ਼ਿਲ੍ਹਿਆਂ ਦੀ ਜਿਹੜਾ ਜੋੜ ਹੈ ਉਹ 1800 ਤੋਂ ਪਾਰ ਹੋ ਗਿਆ ਹੁਣ ਤੱਕ ਜੇ ਅਸੀਂ ਕੁੱਲ ਅੰਕੜਿਆਂ ਦੀ ਗੱਲ ਕਰੀਏ ਜਿਹੜੇ ਐਕਟਿਵ ਕੇਸ ਨੇ ਪੰਜਾਬ ਚ ਉਹ 1275 ਨੇ ਔਰ ਐਕਟਿਵ ਕੇਸ ਦੀ ਜੇ ਗੱਲ ਕਰੀਏ ਅੰਮ੍ਰਿਤਸਰ ਚ 228 ਜਲੰਧਰ ਚ 200 27 اور 361 ਨੇ लुधियाना सो ये so, एक्टिव केस ने 361 लुधियाना 227 जालंधर ते 228 अमृतसर सो, सो, सो so, 800 ਤੋਂ ਪਾਰ एक्टिव केस ਨੇ ਜਿਹੜੇ ਕੁੱਲ 1275 ਨੇ 800 ਤੋਂ ਪਾਰ ਇਹਨਾਂ ਤਿੰਨ ਜ਼ਿਲ੍ਹਿਆਂ ਚ ਨੇ अमृतसर लुधियाना ਅਤੇ ਜਲੰਧਰ ਦੇ ਵਿੱਚ एक्टिव केस ਭਾਵ ਜਿਹੜੇ ਕਿ ਇੰਸਟੀਚੂਨਲ ਆਈਸੋਲੇਸ਼ਨ ਦੇ ਵਿੱਚ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਆਈਸੋਲੇਸ਼ਨ ਵਾਰਡ ਦੇ ਵਿੱਚ ਪ੍ਰਾਈਵੇਟ ਜਾਂ ਸਰਕਾਰੀ ਹਸਪਤਾਲ ਦੇ ਵਿੱਚ ਰੱਖਿਆ ਗਿਆ ਹੈ ਤੇ ਉਹਨਾਂ ਨੂੰ ਟਰੀਟਮੈਂਟ ਦਿੱਤਾ ਜਾ ਰਿਹਾ ਔਰ ਸਵਰਗਵਾਸ ਹੋਣ ਵਾਲਿਆਂ ਦਾ ਅੰਕੜਾ ਵੀ ਇਹਨਾਂ ਤਿੰਨ ਜ਼ਿਲ੍ਹਿਆਂ ਚ ਸਭ ਤੋਂ ਜ਼ਿਆਦਾ ਹੈ ਅਮਰਸਰ ਚ 31 ਜਲੰਧਰ ਤੇ ਲੁਧਿਆਣਾ ਚ 14 14 ਮਰੀਜ਼ ਹੁਣ ਤੱਕ ਸਵਰਗਵਾਸ ਹੋਏ ਨੇ 59 ਮਰੀਜ਼ ਇਹਨਾਂ ਤਿੰਨ ਜ਼ਿਲ੍ਹਿਆਂ ਚ ਸਵਰਗਵਾਸ ਹੋਏ ਨੇ ਕੁੱਲ 99 ਸਵਰਗਵਾਸ ਹੋਏ ਨੇ 59 ਇਹਨਾਂ ਤਿੰਨ ਜ਼ਿਲ੍ਹਿਆਂ ਚ ਸਵਰਗਵਾਸ ਹੋਏ ਨੇ ਸੋ ਇਹ ਅੰਕੜਾ ਹੈ ਔਰ ਮੁਹਾਲੀ ਚ ਜੇ ਅਸੀਂ ਗੱਲ ਕਰੀਏ ਤੇ 217 ਕੇਸ ਨੇ ਜਿਹੜੇ ਅੱਜ ਤੱਕ ਪੋਜ਼ਿਟਿਵ ਹੋਏ ਨੇ ਕੁੱਲ ਜਿਨ੍ਹਾਂ ਦੇ ਵਿੱਚੋਂ ਹੁਣ 66 ਐਕਟਿਵ ਨੇ ਮੈਂ ਮੋਟਾ-ਮੋਟਾ ਅੰਕੜਾ ਐਕਟੀਵੇਸ਼ਨ ਦਾ ਜ਼ਰੂਰ ਸਾਂਝਾ ਕਰਦਾ ਕਿਉਂਕਿ ਲਗਾਤਾਰ ਕਈ ਜ਼ਿਲ੍ਹਿਆਂ 'ਚ ਕੇਸ ਵਧ ਰਹੇ ਨੇ ਮੁਹਾਲੀ ਹਜੇ ਵੀ ਚੌਥੇ ਨੰਬਰ ਤੇ ਐ ਪਟਿਆਲਾ ਪੰਜਵੇਂ ਨੰਬਰ ਤੇ ਐ 209 ਕੇਸ ਅਜੇ ਤੱਕ ਕੁੱਲ ਹੋਏ ਨੇ ਪਰ 76 ਨੇ ਜਿਹੜੇ ਉਹ ਐਲਾਨੇ ਗਏ ਨੇ ਹੁਣ ਤੱਕ ਐਕਟਿਵ ਪਟਿਆਲੇ 'ਚ 209 ਕੁੱਲ ਹੋਏ ਨੇ 76 ਪਟਿਆਲੇ 'ਚ ਹਲੇ ਵੀ ਐਕਟਿਵ ਕੇਸ ਨੇ ਜਿਹੜੇ ਇੰਸਟੀਚੂਨਲ ਆਈਸੋਲੇਸ਼ਨ ਦੇ ਵਿੱਚ ਇਸ ਵਕਤ ਵੀ ਨੇ ਔਰ ਪਟਿਆਲੇ ਤੋਂ ਬਾਅਦ ਗੱਲ ਕਰਦੇ ਹਾਂ 5 ਨੰਬਰ ਦੀ ਸੰਗਰੂਰ ਪਟਿਆਲਾ 5 ਨੰਬਰ ਤੇ ਹੈ ਸੰਗਰੂਰ 6 ਨੰਬਰ ਤੇ ਹੈ ਸੰਗਰੂਰ ਦੇ ਵਿੱਚ ਕੁੱਲ ਕੇਸ ਨੇ 206 ਪਰ ਐਕਟਿਵ 66 ਨੇ ਤਰਨਤਾਰਨ 7ਵੇਂ ਨੰਬਰ ਤੇ ਹੈ ਕੁੱਲ ਕੇਸ 181 ਪਰ ਐਕਟਿਵ 18 ਨੇ ਗੁਰਦਾਸਪੁਰ 8ਵੇਂ ਨੰਬਰ ਤੇ ਹੈ ਤਰਨਤਾਰਨ 7ਵੇਂ ਨੰਬਰ ਤੇ ਸੀ ਗੁਰਦਾਸਪੁਰ 8ਵੇਂ ਨੰਬਰ ਤੇ ਹੈ ਕੁੱਲ 181 15 ਐਕਟਿਵ ਨੇ ਪਠਾਨਕੋਟ 9 9ਵੇਂ ਨੰਬਰ ਤੇ ਹੈ ਕੁੱਲ 182 ਨੇ 45 ਐਕਟਿਵ ਨੇ ਖਸ਼ਿਆਰਪੁਰ ਚ ਕੁੱਲ 162 24 ਐਕਟਿਵ ਸ਼ਹੀਦ ਭਗਤ ਸਿੰਘ ਨਗਰ ਚ ਕੁੱਲ 123 13 ਐਕਟਿਵ ਫਰੀਦਕੋਟ ਚ ਕੁੱਲ 95 22 ਐਕਟਿਵ ਫਤਗੜ ਸਾਹਿਬ ਚ ਕੁੱਲ 88 14 ਐਕਟਿਵ ਰੋਪੜ ਚ ਕੁੱਲ 99 18 ਐਕਟਿਵ ਮੁਕਸਰ ਚ ਕੁੱਲ 81 9 ਐਕਟਿਵ ਮੋਗਾ ਚ ਕੁੱਲ 75 4 ਐਕਟਿਵ ਬਠਿੰਡਾ ਚ ਕੁੱਲ 64 8 ਐਕਟਿਵ ਫਿਰੋਜ਼ਪੁਰ ਚ ਕੁੱਲ 81 13 ਐਕਟਿਵ ਕਪੂਰਥਲਾ ਚ ਕੁੱਲ 65 17 ਐਕਟਿਵ ਫਾਜ਼ਿਲਕਾ ਚ ਕੁੱਲ ਕਾਟ 11 ਐਕਟਿਵ ਬਰਨਾਲਾ ਚ ਕੁੱਲ 43 16 ਐਕਟਿਵ ਔਰ ਬਰਨਾਲਾ ਤੋਂ ਬਾਅਦ ਗੱਲ ਕਰੀਏ ਮਾਨਸਾ ਚ ਕੁੱਲ 39 4 ਐਕਟਿਵ ਸੋ ਮਾਨਸਾ ਬਰਨਾਲਾ ਫਾਜ਼ਿਲਕਾ ਤਰਨਤਾਰਨ ਗੁਰਦਾਸਪੁਰ ਫਰੀਦਕੋਟੇ ਜ਼ਿਲ੍ਹੇ ਉਹਨੇ ਮੁਹਾਲੀ ਵੀ ਜਿਹੜੇ ਜ਼ੀਰੋ ਤੇ ਵੀ ਆ ਚੁੱਕੇ ਨੇ ਪਹਿਲਾਂ ਕਈ ਜ਼ਿਲ੍ਹਿਆਂ ਚ ਕੇਸ ਨਹੀਂ ਸੀ ਗ੍ਰੀਨ ਜ਼ੋਨ ਚ ਰਹੇ ਸਾਡੇ ਬਠਿੰਡਾ ਫਾਜ਼ਿਲਕਾ ਫਿਰੋਜ਼ਪੁਰ ਬਹੁਤ ਲੰਮਾ ਸਮਾਂ ਗ੍ਰੀਨ ਜ਼ੋਨ ਚ ਰਿਹਾ ਗੁਰਦਾਸਪੁਰ ਤਰਨਤਾਰਨ ਪਰ ਜਦੋਂ ਕੇਸ ਆਉਣੇ ਸ਼ੁਰੂ ਹੋਏ ਫਿਰ ਇੱਕ ਵਾਰੀ ਜ਼ੀਰੋ ਤੇ ਆਗੇ ਸੀ ਪਰ ਫਿਰ ਦੁਬਾਰਾ ਇੱਕ ਇੱਕ ਦੋ ਦੋ ਉੱਤੇ ਕੇਸ ਰਹੇ ਨਹੀਂ ਸੋ ਪੰਜਾਬ ਚ 11 ਜ਼ਿਲ੍ਹੇ ਕੁੱਲ ਨੇ ਜਿਨ੍ਹਾਂ ਚ ਕੁੱਲ ਪੋਜ਼ਿਟਿਵ ਅੱਜ ਤੱਕ 100 ਤੋਂ ਜ਼ਿਆਦਾ ਨੇ ਔਰ ਬਾਕੀ ਸਾਰਿਆਂ ਚ 100 ਤੋਂ ਘੱਟ ਨੇ ਸੋ ਕੁੱਲ 4074 ਪੰਜਾਬ ਚ ਆਂਕੜਾ ਹੋ ਗਿਆ 1275 ਇਸ ਵਕਤ ਐਕਟਿਵ ਨੇ 2700 ਠੀਕ ਹੋ ਚੁੱਕੇ ਨੇ 99 ਸਵਰਗਵਾਸ ਹੋ ਚੁੱਕੇ ਨੇ ਤੇ ਉਧਰ ਕੁਝ ਸਿਆਸੀ ਅਤੇ ਗੈਰ ਸਿਆਸੀ ਜਾਣਕਾਰੀਆਂ ਸਰਗਰਮੀਆਂ ਦਾ ਰੁਖ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਇੱਕ ਫੈਸਲੇ ਦੀ ਐਸ்சி ਕਮਿਸ਼ਨ ਦੇ ਮੈਂਬਰ ਪੂਨਮ ਕਾਂਗੜਾ ਨੂੰ ਐਸ்சி ਕਮਿਸ਼ਨ ਤੋਂ ਮੁਤਲ ਕਰ ਦਿੱਤਾ ਗਿਆ ਹੈ ਕੈਪਟਨ ਅਮਰਿੰਦਰ ਸਿੰਘ ਨੇ ਪੂਨਮ ਕਾਂਗੜਾ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਹੋਣ ਤੋਂ ਬਾਅਦ ਉਸ ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਗੈਰ ਸਰਕਾਰੀ ਮੈਂਬਰ ਵਜੋਂ ਮੁਤਲ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਇਸ ਬਾਰੇ ਸਰਕਾਰੀ ਤੌਰ ਤੇ ਜਾਣਕਾਰੀ ਉਪਲਬਧ ਕਰਾਈ ਗਈ ਹੈ ਕੁਝ ਦਿਨ ਪਹਿਲਾਂ ਸ਼ੰਗਰੂਰ ਦੇ ਵਿੱਚ ਪੂਨਮ ਕਾਂਗੜਾ ਨੂੰ ਉਸਦੇ ਪਤੀ ਅਤੇ ਪੁੱਤ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਤੁਰੰਤ ਪ੍ਰਭਾਵ ਨਾਲ ਮੁਤਲ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਗਿਆ ਉਹ ਐਲਾਨ ਖੂਬ ਚਰਚਾ ਚ ਹੈ ਜਿਸ ਮੁਤਾਬਕ ਪੰਜਾਬ ਸਰਕਾਰ ਪ੍ਰਾਈਵੇਟ ਹਸਪਤਾਲਾਂ ਵਿੱਚ ਕੋਵਿਡ ਦੇ ਇਲਾਜ ਦੀਆਂ ਕੀਮਤ ਤੈਅ ਕਰੇਗੀ ਪਾਲਣਾ ਨਾ ਕਰਨ ਵਾਲੇ ਹਸਪਤਾਲਾਂ ਨੂੰ ਮੁੱਖ ਮੰਤਰੀ ਨੇ ਬੰਦ ਕਰਨ ਤੱਕ ਦੀ ਗੱਲ ਵੀ ਆਪਣੇ ਬਿਆਨ ਦੇ ਵਿੱਚ ਆਖੀ ਸੀ ਅਸਲ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੁਨੇਹਾ ਦੇਣਾ ਚਾਹੁੰਦੇ ਨੇ ਕਿ ਕੋਈ ਵੀ ਪ੍ਰਾਈਵੇਟ ਹਸਪਤਾਲ ਮਰੀਜ਼ਾਂ ਤੋਂ ਵਾਜਬ ਦਰਾਂ ਤੋਂ ਵੱਧ ਕੇ ਵਸੂਲੀ ਨਾ ਕਰੇ ਕਿ ਵੱਡੇ ਇਹ ਜਿਹੜੇ ਨਵੇਂ ਹਸਪਤਾਲ ਨੇ ਇਹ ਹਸਪਤਾਲ ਇਹ ਨਾ ਪ੍ਰਾਈਵੇਟ ਹਸਪਤਾਲ ਇਹ ਬਹੁਤ ਚਾਰਜ ਕਰਦੇ ਨੇ ਤੁਸੀਂ ਕਹੇ ਹਸਪਤਾਲ ਲਾਈਕ ਮੈਕਸ ਐਂਡ ਫੋਰਟਿਸ ਇਸ ਟੇਕਿੰਗ 75000 ਰੁਪਈਆ ਵੈਂਟਿਲੇਟਡ ਤੇ 30000 ਰੁਪਈਆ ਡੇਲੀ ਫੋਰ ਬੈਡ ਫॉर ਕੋਵਿਡ ਇਹ ਬਿਲਕੁਲ ਗਲਤ ਬਾਤ ਹੈ ਮੈਂ ਇਹ ਬਿਲਕੁਲ ਸਖਤ ਖਿਲਾਫ ਹੈ ਔਰ ਗਵਰਨਮੈਂਟ ਹਰਿਆਣਾ ਗਵਰਨਮੈਂਟ ਔਰ ਗਵਰਨਮੈਂਟਸ ਨੇ ਇਹਨੂੰ ਟਾਈਡਾਊਨ ਕਰ ਦਿੱਤਾ ਹੈ ਔਰ ਰੱਖਤਾ ਕਿ ਕੋਈ ਇਸ ਇਨੀ ਰਕਮ ਤੋਂ ਜ਼ਿਆਦਾ ਕੋਈ ਚਾਰਜ ਨਹੀਂ ਕਰ ਸਕਦਾ ਔਰ ਪਰਸੋ ਨੂੰ ਮੇਰਾ ਕੱਲ ਮੰਡੇ ਨੂੰ ਸਾਡਾ ਹੋ ਰਿਹਾ ਹੈ ਕੋਵਿਡ ਦੇ ਉੱਪਰ ਉੱਥੇ ਅਸੀਂ ਵੀ ਬਾਤ ਕਰਾਂਗੇ ਔਰ ਅਸੀਂ ਨਹੀਂ ਇਹ ਤੇ ਚਾਰਜ ਹੁੰਦੇ ਨਾ ਇਹ ਤਾਂ ਦੇਖੋ ਇਹਨੂੰ ਪ੍ਰੋਫਿਟ ਹੀਰਿੰਗ ਕਹ ਰਹੇ ਨੇ ਜਦੋਂ ਕੋਈ ਜੰਗ ਹੁੰਦਾ ਨਾ ਉਹ ਜੰਗ ਦੇ ਵਿੱਚ ਜਿਹੜੀਆਂ ਚੀਜ਼ਾਂ ਕੋਈ ਜ਼ਿਆਦਾ ਦੁਗਣੀ ਤਿਗਣੀ ਰੇਟ ਤੇ ਵੇਚਦਾ ਹੈ ਉਹ ਪ੍ਰੋਫਿਟ ਹੀਰ ਹੈ ਇਹ ਗਲਤ ਹੈ ਐਂਟੀ ਨੈਸ਼ਨਲ ਹੈ ਐਂਟੀ ਸਾਡੇ ਪੰਜਾਬ ਹੈ ਔਰ ਇਹ ਮੈਂ ਪੰਜਾਬ ਦੇ ਵਿੱਚ ਨਹੀਂ ਹੁੰਦੇਣੀ ਔਰ ਅਸੀਂ ਰੱਖਾਂਗੇ ਜਿਹੜਾ ਕੁਝ ਵੀ ਅਸੀਂ ਨਾ ਰੱਖਾਂਗੇ ਉਹ ਹਸਪੀਟਲ ਜਾਂ ਤਾਂ ਉਹ ਸਾਡੀ ਗੱਲ ਮੰਨ ਕੇ ਆਪਣੇ ਮਰੀਜ਼ਾਂ ਦਾ ਟ੍ਰੀਟਮੈਂਟ ਕਰਨ ਅਗਰ ਨਹੀਂ ਹੈ ਤਾਂ ਅਸੀਂ ਬੰਦ ਕਰ ਦਾਂਗੇ ਤੁਹਾਡੇ ਹਸਪਤਾਲ ਆਈ ਵਿਲ ਨਾਟ ਅਲੋウ ਯੂ ਟੂ ਫੰਕਸ਼ਨ ਇਨ ਥਿਸ ਮੈਨਰ ਉਧਰ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬਰਾਂਪੂਰਾ ਇੱਕ ਵਾਰੀ ਫੇਅਰ ਹਸਪਤਾਲ ਚ ਦਾਖਲ ਨੇ ਉਹ ਪੀਜੀਆ ਚ ਦਾਖਲ ਨੇ ਔਰ ਉਹਨਾਂ ਦਾ ਹਾਲਚਾਲ ਸੁਖਦੇਵ ਸਿੰਘ ਟੀਂਟਸਾ ਵੱਲੋਂ ਵੀ ਲਿਆ ਗਿਆ ਉਧਰ ਸਿਮਰਜੀਤ ਸਿੰਘ ਬੈਂਸ ਅਤੇ ਲੋਕ ਇਨਸਾਫ ਪਾਰਟੀ ਵੱਲੋਂ ਰੋਸ਼ ਮਾਰਚ ਕੱਢਿਆ ਜਾਣਾ ਹੈ ਸਾਈਕਲਾਂ ਦੇ ਉੱਤੇ ਰੋਸ਼ ਮਾਰਚ ਕੱਢਿਆ ਜਾਣਾ ਹੈ ਦਰਬਾਰ ਸਾਹਿਬ ਮੱਥਾ ਟੇਕ ਕੇ ਚੰਡੀਗੜ੍ਹ ਲਈ ਸਾਈਕਲਾਂ ਦਾ قافਲਾ ਰਵਾਨਾ ਹੋਏਗਾ ਸੋ ਜਿਹੜੀਆਂ ਮਹਾਮਾਰੀ ਦੌਰਾਨ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਬੈਂਸ ਦਾ ਕਹਿਣਾ ਕਿ ਉਹਨਾਂ ਦਾ ਪੂਰਾ ਖਿਆਲ ਲੱਖਿਆ ਜਾਏਗਾ ਇਸ ਰੋਸ ਮਾਰਚ ਦਾ ਪਹਿਲਾ ਪੜਾ ਬਿਆਸ ਦੂਜਾ ਜਲੰਧਰ ਅਤੇ ਤੀਜਾ ਖਟਕੜਕਲਾ ਹੋਵੇਗਾ ਸਾਈਕਲ ਮਾਰਚ ਸ਼੍ਰੀ ਟਿੱਬੀ ਸਾਹਿਬ ਰੋਪੜ ਤੋਂ ਹੁੰਦਾ ਹੋਇਆ ਪਹੁੰਚੇਗਾ ਚੰਡੀਗੜ੍ਹ ਔਰ ਚੰਡੀਗੜ੍ਹ ਚ ਸੀਐਮ ਨੂੰ ਬੈਂਸ ਵੱਲੋਂ ਮੰਗ ਪੱਤਰ ਦਿੱਤਾ ਜਾਏਗਾ ਕਿਸਾਨਾਂ ਦੇ ਹੱਕ ਚ ਬੈਂਸ ਲਗਾਤਾਰ ਮੰਗ ਕਰ ਰਹੇ ਨੇ ਕਿ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਜਾਵੇ ਔਰ ਕੇਂਦਰ ਦੇ ਖੇਤੀ ਆਰਡੀਨੈਂਸਾਂ ਨੂੰ ਵਿਧਾਨ ਸਭਾ ਚ ਮੁੱਢੋਂ ਰੱਦ ਕੀਤਾ ਜਾਵੇ। ਉਧਰ ਪੰਜਾਬ ਦੇ ਵਿੱਚ ਅੱਜ ਤੋਂ ਹੀ ਕ੍ਰਾਂਤੀਕਾਰੀ ਯੂਨੀਅਨ ਵੱਲੋਂ ਵੀ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਭਰ ਦੇ ਵਿੱਚ 22 ਤੋਂ 28 ਜ਼ਿਲ੍ਹਾ ਜ਼ਿਲ੍ਹਾ ਕੇਂਦਰਾਂ ਤੇ ਕੇਂਦਰ ਸਰਕਾਰ ਖਿਲਾਫ ਪ੍ਰੋਟੈਸਟ ਕੀਤਾ ਜਾਣਾ ਹੈ। 29 ਜੂਨ ਨੂੰ ਅਕਾਲੀ ਭਾਜਪਾ ਦੇ ਆਗੂ ਵੀ ਵੱਖ-ਵੱਖ ਆਗੂਆਂ ਦੇ ਘਰ ਅਤੇ ਦਫ਼ਤਰਾਂ ਦਾ ਘਰਾਓ ਕਰਨਗੇ। ਅਸਲ ਦੇ ਵਿੱਚ ਇਹ ਸਾਰੇ ਕੇਂਦਰ ਸਰਕਾਰ ਦੇ ਖੇਤੀਬਾੜੀ ਆਰਡੀਨੈਂਸ ਬਾਰੇ ਕਾਨੂੰਨ ਦਾ ਵਿਰੋਧ ਕਰ ਰਹੇ ਨੇ ਉਧਰ ਤੇਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਆਗੂ ਨੇ ਦੇਸ਼ ਵਿੱਚ ਵਧਦੀਆਂ ਤੇਲ ਕੀਮਤਾਂ ਤੇ ਤਾਜ਼ਾ ਪ੍ਰतिकਰਮ ਦਿੱਤਾ ਪਿਛਲੇ ਦਿਨਾਂ ਤੁਸੀਂ ਦੇਖਿਆ ਹੋਗਾ ਕਿ ਜਿਸ ਤਰੀਕੇ ਦੇ ਨਾਲ ਪਿਛਲੇ 14 ਦਿਨਾਂ ਦੇ ਵਿੱਚ ਤੇਲ ਕੰਪਨੀਆਂ ਵੱਲੋਂ तकरीबन 50 ਪੈਸੇ 70 ਪੈਸੇ ਹਰ ਰੋਜ਼ ਪੈਟਰੋਲ ਡੀਜ਼ਲ ਦੇ ਵਿੱਚ ਵਾਧਾ ਕਰਕੇ ਅੱਜ तकरीबन 9-10 ਰੁਪਏ ਦਾ ਵਾਧਾ ਹੈ ਜਿਹੜਾ ਉਹਦਾ ਬੋਝ ਲੋਕਾਂ ਸਿਰ ਪਾ ਦਿੱਤਾ ਮੈਂ ਸਮਝਦਾ ਕਿ ਬਹੁਤ ਅਨਜਸਟੀਫਾਈਡ ਹੈ ਅਨਕਾਲਡ ਫੋਰ ਹੈ ਕਿਸੇ ਵੀ ਪੱਖੋਂ ਇਹਨੂੰ ਸਹਿਣ ਨਹੀਂ ਕੀਤਾ ਜਾ ਸਕਦਾ ਹੈਗਾ ਇਸੇ ਸੰਬੰਧ ਦੇ ਵਿੱਚ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਅਫੀਸ਼ੀਅਲ ਲੈਟਰ ਲਿਖਿਆ ਜਿਸ ਦੇ ਵਿੱਚ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹਨਾਂ ਹਾਲਾਤਾਂ ਦੇ ਵਿੱਚ ਜਦ ਪੂਰੀ ਦੁਨੀਆ ਮੰਦ ਹਾਲੀ ਔਰ ਮਹਾਮਾਰੀ ਦੇ ਨਾਲ ਜੂਝ ਰਹੀ ਹੈ ਉੱਥੇ ਜਿੱਥੇ ਸਾਰੀਆਂ ਸਰਕਾਰਾਂ ਆਪਣੇ ਲੋਕਾਂ ਦੀਆਂ ਬਾਹਾਂ ਫੜਨ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਹਸਾਰਾ ਦੇਣ ਲੱਗੀਆਂ ਹੋਈਆਂ ਨੇ ਔਰ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ ਕੱਲੀ ਭਾਰਤ ਸਰਕਾਰ ਇੱਕ ਅਜਿਹੀ ਸਰਕਾਰ ਹੈ ਜਿਹੜੀ ਕਿ ਪੈਟਰੋਲ ਡੀਜ਼ਲ ਦੀਆਂ ਪ੍ਰਾਈਸਸ ਵਧਾ ਕੇ ਮਹਿੰਗਾਈ ਵਧਾ ਰਹੀ ਹੈ ਔਰ ਲੋਕਾਂ ਦੇ ਉੱਪਰ ਬੋਝ ਹੈ ਜਿਹੜਾ ਉਹ ਨਜਾਇਜ਼ ਤੌਰ ਉੱਪਰ ਪਾ ਰਹੀ ਹੈ ਔਰ ਦੋਸਤੋ ਇਹ ਉਹਨਾਂ ਹਾਲਾਤਾਂ ਦੇ ਵਿੱਚ ਤੁਹਾਡੇ ਉੱਪਰ ਬੋਝ ਪੈ ਰਿਹਾ ਹੈ ਜਦ ਪੂਰੀ ਦੁਨੀਆ ਦੇ ਵਿੱਚ ਜਿਹੜੀ ਇੰਟਰਨੈਸ਼ਨਲ ਕਰੂਡ ਆਇਲ ਦੀ ਮਾਰਕੀਟਸ ਦੇ ਵਿੱਚ ਕਰੂਡ ਆਇਲ ਦੀਆਂ ਪ੍ਰਾਈਸਾਂ ਨੇ ਜਿਹੜੀਆਂ ਉਹ ਪਿਛਲੇ 70 ਸਾਲਾਂ ਤੋਂ ਆਪਦੇ ਸਭ ਤੋਂ ਲੋਇਸਟ ਲੈਵਲ ਦੇ ਉੱਪਰ ਨੇ ਬਲਕਿ 21 April 2020 ਨੂੰ ਤਾਂ ਹਾਲਾਤ ਇਹ ਸੀਗੇ ਕਿ ਅਮਰੀਕਾ ਦੇ ਵਿੱਚ ਤੇਲ ਕੰਪਨੀਆਂ ਵੱਲੋਂ ਖਰੀਦਦਾਰਾਂ ਨੂੰ ਪੈਸੇ ਦਿੱਤੇ ਜਾ ਰਹੇ ਸੀਗੇ ਤੇਲ ਚਕਵਾਉਣ ਦੇ ਲਈ ਸੋ ਅਜਿਹੇ ਹਾਲਾਤ ਨੇ ਜਿਹੜੇ ਦੁਨੀਆ ਨੇ ਪਿਛਲੇ 70 ਸਾਲਾਂ ਦੇ ਵਿੱਚ ਕਦੇ ਨਹੀਂ ਦੇਖੇ ਹੈਗੇ ਜਦ ਅੱਜ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਔਰ ਪਰੇਸ਼ਾਨੀ ਹੋਏਗੀ ਕਿ ਜਦ ਡੀਜ਼ਲ ਔਰ ਪੈਟਰੋਲ ਦੇ ਵਿੱਚ ਜਿੰਨਾ ਉਹਦੋਂ ਤੁਸੀਂ ਪੇ ਕਰਦੇ ਹੋ ਉਹਦੇ ਵਿੱਚੋਂ 70% ਹੈ ਜਿਹੜਾ ਉਹ ਟੈਕਸਿਸ ਦੇ ਰੂਪ ਦੇ ਵਿੱਚ ਕੇਂਦਰ ਸਰਕਾਰ ਕੋਲ ਔਰ ਔਰ ਰਾਜ ਸਰਕਾਰ ਕੋਲ ਜਾਂਦਾ ਹੈ ਜਦ ਕਿ ਜਿਹੜਾ ਕਿ ਦੁਨੀਆ ਦੇ ਵਿੱਚ ਹਾਈएस्ट ਹੈ 70% ਹੋਰ ਕਿਸੇ ਮੁਲਕ ਦੇ ਵਿੱਚ ਨਹੀਂ ਹੈਗਾ ਅਮਰੀਕਾ ਦੀ ਗੱਲ ਕਰ ਲਓ ਮਹਿਜ਼ 18% ਟੈਕਸਿਸ ਨੇ ਕੈਨੇਡਾ ਦੀ ਗੱਲ ਕਰ ਲਓ ਉੱਥੇ 33% ਟੈਕਸਿਸ ਨੇ ਪਰ ਕੱਲਮ ਕੱਲਾ ਭਾਰਤ ਅਜਿਹੇ ਮੁਲਕ ਹੈ ਜਿੱਥੇ ਜਿੱਥੋਂ ਦੀ ਗਰੀਬ ਜਨਤਾ ਦੇ ਉੱਪਰ ਆਮ ਲੋਕਾਂ ਦੇ ਉੱਪਰ 70% ਤੋਂ ਵੱਧ ਦਾ ਟੈਕਸ ਹੈ ਜਿਹੜਾ ਉਹਦਾ ਬੋਝ ਪਾਇਆ ਜਾਂਦਾ ਪਰ ਕੇਂਦਰ ਸਰਕਾਰ ਆਇਲ ਕੰਪਨੀਆਂ ਔਰ ਰਾਜ ਸਰਕਾਰਾਂ ਲੋਕਾਂ ਨੂੰ ਲੁੱਟਣ ਲੱਗੀਆਂ ਹੋਈਆਂ ਨੇ ਕੋਈ ਅਜਿਹੇ ਮਾੜੇ ਹਾਲਾਤਾਂ ਦੇ ਵਿੱਚ ਵੀ ਉਹਨਾਂ ਦੀ ਬਾਹ ਫੜਨ ਵਾਲਾ ਨਹੀਂ ਹੈਗਾ ਔਰ ਮੈਂ ਸਮਝਦਾ ਕਿ ਇਸ ਤੋਂ ਕੇਂਦਰ ਸਰਕਾਰ ਔਰ ਰਾਜ ਸਰਕਾਰ ਦਾ ਜਿਹੜਾ ਲੋਕ ਮਾਰੂ ਚਿਹਰਾ ਹੈ ਉਹ ਨੰਗਾ ਹੁੰਦਾ ਸੋ ਸਾਨੂੰ ਇਹ ਆਮ ਆਦਮੀ ਪਾਰਟੀ ਨੂੰ ਬਿਲਕੁਲ ਐਕਸੈਪਟੇਬਲ ਨਹੀਂ ਹੈ ਬਿਲਕੁਲ ਮਨਜ਼ੂਰ ਨਹੀਂ ਹੈ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਕਿ ਜਿਹੜੇ ਇਹਨਾਂ ਨੇ ਟੈਕਸਿਸ ਵਧਾਏ ਨੇ ਇਹ ਵਾਪਸ ਲਏ ਜਾਣ। ਉਧਰ ਸੂਰਜ ਗ੍ਰੈਂਡ ਦੇ ਮੌਕੇ ਤੇ ਅੰਮ੍ਰਿਤਸਰ ਦੇ ਛਿਰਟਾ ਵਿਖੇ ਸ਼ਿਵ ਸੈਨਕਾ ਵੱਲੋਂ ਇੱਕ ਹਵਨ ਯੱਗ ਕੀਤਾ ਗਿਆ। ਉਹਨਾਂ ਚਾਈਨਾ ਨੂੰ ਆਪਣੀਆਂ ਹਰਕਤਾਂ ਤੋਂ ਬਾਹਰ ਆਉਣ ਲਈ ਕਿਹਾ। ਉਹਨਾਂ ਕਿਹਾ ਕਿ ਸ਼ਿਵ ਸੈਨਿਕ ਹਰ ਹਾਲਤ ਦੇ ਵਿੱਚ ਦੇਸ਼ ਦੀ ਫੌਜ ਅਤੇ ਦੇਸ਼ ਦੇ ਨਾਲ ਖੜੇ ਨੇ। ਅੱਜ ਅੰਮ੍ਰਿਤਸਰ ਦੇ ਸਮੂਚੀ ਟੀਮ ਵੱਲੋਂ ਸ਼ਿਆੜਾ ਵਿਖੇ ਸੂਰਜ ਗ੍ਰਹਿਣ ਦੇ ਮੌਕੇ ਤੇ ਇੱਕ ਹਵਨ ਯੱਗ ਦਾ ਆਯੋਜਨ ਕੀਤਾ ਗਿਆ ਇਹ ਹਵਨ ਯੱਗ ਦੇਸ਼ ਦੀ ਸ਼ਾਂਤੀ ਦੇ ਲਈ ਤੇ ਜਿਹੜੇ ਚੀਨ ਦੇ ਲੈ ਲਦਾਖ ਵੱੜ ਦੇ ਉੱਤੇ ਵੀ ਜਿਹੜੇ ਸਾਡੇ ਜਵਾਨ ਸ਼ਹੀਦ ਹੋਏ ਨੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਕੀਤਾ ਜਾ ਰਿਹਾ ਹੈ ਅਸੀਂ ਰੱਬ ਤੋਂ ਅਰਦਾਸ ਕਰਦੇ ਹਾਂ ਕਿ ਇਸ ਸਮੇਂ ਪੰਜਾਬ ਨੂੰ ਪੰਜਾਬ ਦੇ ਸਮੁੱਚੇ ਦੇਸ਼ ਨੂੰ ਜ਼ਰੂਰਤ ਹੈ ਸ਼ਾਂਤੀ ਦੀ ਅਸੀਂ ਚੀਨ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਹੜਾ ਸਾਡਾ ਦੇਸ਼ ਏ ਇਹ ਪਹਿਲਾਂ ਦੀ ਤਰ੍ਹਾਂ ਨਹੀਂ ਰਿਹਾ ਹੁਣ ਇੱਦਾਂ ਜਵਾਬ ਪੱਥਰਾਂ ਦਾ ਦਿੱਤਾ ਜਾਏਗਾ ਅਸੀਂ ਆਮ ਲੋਕਾਂ ਨੂੰ ਅਪੀਲ ਕੀਤੀ ਸੀ ਕਿ 24 36 ਘੰਟਿਆਂ ਦੇ ਦੌਰਾਨ ਆਪਣੇ ਬੋਰਡ ਉਤਾਰੀ ਜਾਣ ਪੰਜਾਬ ਇਸ ਵੇਲੇ ਵਿੱਚ ਫਿਲਹਾਲ ਇੰਨਾ ਹੀ ਨਵੇਂ ਤੇ ਤਾਜ਼ੀ ਅਪਡੇਟ ਨਾਲ ਫੇਰ ਮੁਲਾਕਾਤ ਹੋਏਗੀ ਸੁਰਿੰਦਰ ਡੱਲਨ ਜੀ ਨੂੰ ਇਜਾਜ਼ਤ ਬਹੁਤ ਬਹੁਤ ਧੰਨਵਾਦ